I'm now host Baba Ji Save Historical Places of Pakistan, Save Gurdwara and Temples of Pakistan, Culture and Heritage of Pakistan, Punjabi Culture and Heritage Heritage Photographers and Photography tamam pages nu leke aaj main pahuncha wa northwest de ek aise area de ch jide nal bahut zyada sare logan diyan yaadan judiyan honiyan specially Thapar sahab aur Subhash Dobra sahab jide ke Pindi game nal belong karde san utthe da culture and heritage dikhan waste aaj main pahunch gaya wa Fateh Jang to ਪਿੰਡੀ ਗੇਪ ਦੇ ਦਰਮਿਆਨ 'ਚ ਡੁਰਨਾਲ ਹੈ ਡੁਰਨਾਲ ਤੋਂ ਤਕਰੀਬਨ 17 ਕੇਐਮ ਦੇ ਫਾਸਲੇ ਦੇ ਉੱਤੇ ਈਸਟ ਵਾਲੀ ਸਾਈਡ 'ਤੇ ਤੁਸੀਂ ਸਮਝ ਲਓ ਈਸਟ ਸਾਊਥ ਵਾਲੀ ਸਾਈਡ ਦੇ ਉੱਤੇ ਮੈਂ ਪਹੁੰਚ ਗਿਆ ਵਾਂ ਗੰਡਾ ਕਸ ਪਿੰਡ ਦੇ ਵਿੱਚ ਗੰਡਾ ਕਸ ਪਿੰਡ ਦੇ ਵਿੱਚ ਇੱਕ ਖਾਸ ਖਾਸੀਅਤ ਹੈ ਵੇ ਕਿ ਉਸ ਪਿੰਡ ਦੇ ਵਿੱਚ ਅੱਜ ਵੀ ਕਲਚਰ ਐਂਡ ਹੈਰੀਟੇਜ ਜਿਹੜਾ ਇੰਨਾ ਕੁ ਰਿਚ ਹੈ ਕਿ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਪਰਸ਼ੀਅਨ ਵੀਲ ਵੈਲ ਜਿਹੜਾ ਕਿ ਅੱਜ ਤੋਂ 2500 ਸਾਲ 2500 ਈਅਰਸ ਅਗੋ ਆਪਰੇਟ ਹੁੰਦਾ ਸੀ ਉਹ ਅੱਜ ਵੀ ਇੱਥੇ ਓਪਰੇਟ ਹੋ ਰਿਹਾ ਔਰ ਸੇਮ ਕੰਡੀਸ਼ਨ ਦੇ ਵਿੱਚ ਵੁੱਡਨ ਬਣਿਆ ਹੋਇਆ ਹੈ ਨਾਲ ਮਿੱਟੀ ਦੇ ਜਿਹੜੇ ਨੇ ਟਿੰਡਾਂ ਨੇ ਔਰ ਉਹ ਹਲੇ ਤੱਕ ਮੌਜੂਦ ਨੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਕੋਈ ਪੁਰਾਣੀ ਪਿਕਚਰ 80s ਦੀ ਚੁੱਕ ਕੇ ਲਾਤੀ 90s ਦੀ ਚੁੱਕ ਕੇ ਲਾ ਦਿੱਤੀ ਹੈ ਮੈਂ ਗਲਤ ਕੰਮ ਨਹੀਂ ਕਰਦਾ ਮੈਂ ਹਮੇਸ਼ਾ ਰੀਅਲ ਸੋਰਸਿਸ ਉੱਤੇ ਕੰਮ ਕਰਨਾ ਵਾਂ ਪ੍ਰਾਇਮਰੀ ਸੋਰਸ ਢੂੰਡਣਾ ਵਾਂ ਫਿਰ ਉਸ ਤੋਂ ਬਾਅਦ ਅੱਗੇ ਆਉਣਾ ਵਾਂ ਆਓ ਮੈਂ ਤੁਹਾਨੂੰ ਦਿਖਾਉਣਾ ਵਾਂ ਕਿ ਕਿਸ ਤਰੀਕੇ ਨਾਲ ਪਰਸ਼ੀਅਨ ਵੀਲ ਵੈਲ ਜਿਹੜਾ ਸੀ ਓਪਰੇਟ ਹੁੰਦਾ ਸੀ ਲੱਕੜੀ ਦੇ ਵਿੱਚ ਹੁੰਦਾ ਸੀ ਜਿਹੜਾ ਕਿ 1000 ਈਅਰਸ ਅਗੋ ਵਾਲਾ ਖੂਹ ਹੈ ਉਹੀ ਖੂਹ ਮੇਰੇ ਵਸਦੇ ਖੂਹ ਪੰਜਾਬ ਦੇ ਮੈਂ ਅਕਸਰ ਕਹਿਣਾ ਵਾਂ ਮੇਰੇ ਖੂਹ ਜਿਹੜੇ ਨੇ ਅੱਜ ਵੀ ਵਸਦੇ ਨੇ ਆਓ ਉਹਨਾਂ ਅੱਗੇ ਇਹ ਦੇਖੋ ਇਹ ਉਹ ਜਿਹੜਾ ਪੁਰਾਣਾ ਜਿਹੜਾ ਐਂਸ਼ੀਅੰਟ ਜਿਹੜਾ ਚੱਕਾ ਹੈ ਉਹਦਾ ਉਹ ਵਾਲਾ ਹਲੇ ਵੀ ਚੱਲ ਰਿਹਾ ਹੈ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਕਿ 2500 ਈਅਰਸ ਅਗੋ ਵੀ ਪੰਜਾਬ ਦੇ ਅੰਦਰ ਜਿਹੜੀ ਹੈ ਇਹ ਚੀਜ਼ ਚੱਲ ਰਹੀ ਸੀ ਉਹੀ ਚੀਜ਼ ਜਿਹੜੀ ਹੈ ਸਿਰਫ ਫਰਕ ਇੰਨਾ ਆਇਆ ਕਿ ਔਕਸ ਦੀ ਜਗ੍ਹਾ ਬਲਦ ਦੀ ਜਗ੍ਹਾ ਔਰ ਦਾਨ ਦੀ ਜਗ੍ਹਾ ਦੇ ਉੱਤੇ ਜਿਹੜਾ ਉਹ ਅਸੀਂ ਇਹਨੂੰ ਇਸ ਵੇਲੇ ਡੰਕੀ ਨੂੰ ਇਸਤੇਮਾਲ ਕਰ ਰਹੇ ਹਾਂ ਇੱਥੇ ਕਿਉਂਕਿ ਹਰ ਘਰ ਦੇ ਵਿੱਚ ਬਲਦ ਜਿਹੜਾ ਮੌਜੂਦ ਨਹੀਂ ਹੁੰਦਾ ਔਰ ਇਹ ਜ਼ਰਾ ਇਸ ਪਾਸੇ ਉਹਨਾਂ ਨੇ ਕਿਉਂ ਇਹ ਉਹੀ ਮਿੱਟੀ ਦੀਆਂ ਟਿੰਡਾਂ ਨੇ ਜਿਹੜੀਆਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮਿੱਟੀ ਦੀਆਂ ਟਿੰਡਾਂ ਜਿਹੜੀਆਂ ਨੇ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਮੌਜੂਦ ਨੇ ਔਰ ਉਹ ਕਿਸ ਤਰੀਕੇ ਨਾਲ ਓਪਰੇਟ ਹੁੰਦੀਆਂ ਨੇ ਉਹ ਤੁਸੀਂ ਦੇਖ ਲਵੋ ਮਾਡਰਨ ਖੂਹ ਮਾਡਰਨ ਮੋਟਰਾਂ ਇਹ ਦੇਖੋ ਤੁਸੀਂ ਕੁਛ ਲੋਕ ਕਹਿੰਦੇ ਨੇ ਕਿ ਨੌਰਥ ਵੈਸਟ ਪੰਜਾਬ ਜਾਂ ਪਾਕਿਸਤਾਨੀ ਪੰਜਾਬ ਨੇ ਤਰੱਕੀ ਨਹੀਂ ਕੀਤੀ ਤਰੱਕੀ ਕੀਤੀ ਹੈ ਲੇਕਿਨ ਕੁਝ ਲੋਕ ਆਪਣੇ ਕਲਚਰ ਐਂਡ ਹੈਰੀਟੇਜ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਉਸਦਾ ਇਹ ਮਕਸਦ ਨਹੀਂ ਕਿ ਤਰੱਕੀ ਨਹੀਂ ਹੋਈ ਇਹ ਦੇਖੋ ਤੁਸੀਂ ਨਾਲ ਸੇਮ ਟਾਈਮ ਦੇ ਉੱਤੇ ਮੋਟਰ ਵੀ ਲੱਗੀ ਹੋਈ ਹੈ ਪੀਟਰ ਇੰਜਨ ਵੀ ਪਿਆ ਹੋਇਆ ਛੋਟਾ ਜਿਹਾ ਇਹ ਦੇਖੋ ਇਸ ਨੂੰ ਵੀ ਚਲਾਇਆ ਜਾਂਦਾ ਹੈ ਲੇਕਿਨ ਇਹਦੀ ਜਿਹੜੀ ਮੰਗ ਹੈ ਉਹ ਆਪਣੀ ਜਗ੍ਹਾ ਦੇ ਉੱਤੇ ਹੈ ਇੱਕ ਖੂਹ ਦੇ ਵਿੱਚ ਤੁਸੀਂ ਦੇਖੋ ਕਿ ਟ੍ਰੈਡੀਸ਼ਨਲੀ ਜਿਹੜਾ 1000 ਈਅਰਸ ਅਗੋ ਤੋਂ ਚੱਲਣ ਵਾਲਾ ਖੂਹ ਹੈ ਟਿੰਡਾਂ ਵਾਲਾ ਖੂਹ ਹੈ ਉਹ ਚੱਲਦਾ ਪਿਆ ਔਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਤੁਹਾਨੂੰ ਇਹ ਮਾਡਰਨ ਮੋਟਰ ਵੀ ਨਜ਼ਰ ਆ ਰਹੀ ਹੈ ਇਸ ਵਾਸਤੇ ਕਮੀ ਸੋਰਸਿਸ ਦੀ ਨਹੀਂ ਹੈ ਜਾਂ ਕੁਛ ਵੀ ਮੈਂ ਸਿਰਫ ਇਹੀ ਕਹਿ ਰਿਹਾ ਵਾਂ ਕਿ ਮੈਂ ਬਾਰ ਬਾਰ ਲੋਕਾਂ ਨੂੰ ਕਹਿੰਦਾ ਵਾਂ ਕਿ ਸਾਡੇ ਲੋਕ ਜਿਹੜੇ ਨੇ ਕਲਚਰ ਐਂਡ ਹੈਰੀਟੇਜ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਔਰ ਖਾਸ ਕਰਕੇ ਇਹ ਇਲਾਕਾ ਕਲਚਰ ਐਂਡ ਹੈਰੀਟੇਜ ਵਾਸਤੇ ਤਾਂ ਇੰਨਾ ਪਾਪੂਲਰ ਹੈ ਕਿ ਜਿੰਨੀ ਤੁਹਾਡੀ ਸੋਚ ਹੈ ਇਹ ਉਹੀ ਐਂਸ਼ੀਅੰਟ ਪੋਰਸ ਸਟੋਨ ਦੇ ਨਾਲ ਬਣਿਆ ਹੋਇਆ ਵੇਖੋ ਤੁਸੀਂ ਪੋਰਸ ਸਟੋਨ ਦੇ ਨਾਲ ਬਣੇ ਹੋਏ ਖੂਨ ਹੈ ਇਹ ਦੇਖੋ ਤੁਸੀਂ ਇਹ ਮਿੱਟੀ ਦੀਆਂ ਟਿੰਡਾਂ ਕਿਸ ਤਰੀਕੇ ਨਾਲ ਜਾਂਦੀਆਂ ਨੇ ਵਿੱਚ ਔਰ ਇਹ ਫਿਲ ਹੋ ਕੇ ਵਾਪਸ ਆ ਰਹੀਆਂ ਨੇ ਕਿਉਂਕਿ ਮੇਰੀ ਰਿਸਰਚ ਜਿਹੜੀ ਹੈ ਪੰਜਾਬ ਦੇ ਉੱਤੇ ਔਰ ਸਪੈਸ਼ਲੀ ਨੌਰਥ ਵੈਸਟ ਪੰਜਾਬ ਪਾਕਿਸਤਾਨ ਦੇ ਅੰਦਰ ਹੈ ਅਤੇ ਸੋ ਮੈਂ ਉਹ ਚੀਜ਼ਾਂ ਸਾਹਮਣੇ ਲੈ ਕੇ ਆਉਂਦਾ ਵਾਂ ਜਿਹੜੀਆਂ ਕਿ ਪਹਿਲੇ ਕਿਸੇ ਨੇ ਨਾ ਵਿਖਾਈਆਂ ਹੋਣੀਆਂ ਮੇਰਾ ਦਾਅਵਾ ਹੈ ਕਿ ਟਿੰਡਾਂ ਵਾਲਾ ਖੂਹ ਜਿਹੜਾ ਹੈ ਟਿੰਡਾਂ ਵਾਲਾ ਖੂਹ ਜਿਹਨੂੰ ਕਿਹਾ ਜਾਂਦਾ ਸੀ ਉਹ ਓਰੀਜਨਲ ਫੋਰਮ ਦੇ ਵਿੱਚ ਅੱਜ ਮੈਂ ਪਹਿਲੀ ਵਾਰੀ ਦਿਖਾ ਰਿਹਾ ਵਾਂ ਹਾਂ ਕਿਸ ਜਗ੍ਹਾ ਬਲੋਚਿਸਤਾਨ ਦੇ ਅੰਦਰ ਸ਼ਾਇਦ ਕੁਛ ਐਸੇ ਟਿੰਡਾਂ ਵਾਲੇ ਖੂਹ ਜਿਹੜੇ ਨੇ ਮੌਜੂਦ ਹੋਣ ਔਰ ਜਿੱਥੇ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਕਲਚਰ ਬਾਕੀ ਹੋਏਗਾ ਲੇਕਿਨ ਪਾਕਿਸਤਾਨ ਦੇ ਬਾਕੀ ਜਿਹੜੇ ਮਾਡਰਨ ਪੰਜਾਬ ਹੈ ਉਸ ਵਿੱਚ ਤਾਂ ਇਹ ਚੀਜ਼ਾਂ ਨਾਪੈਦ ਨੇ ਇਸ ਵੇਲੇ ਸਿਰਫ ਇਹ ਜ਼ਿਲ੍ਹਾ ਅਟਕ ਹੈ ਔਰ ਫਤਿਹ ਜੰਗ ਤੋਂ ਪਿੰਡੀ ਗੇ ਬੰਨਿਆ ਹੋਇਆ ਅਗਰ ਤੁਸੀਂ ਆਓ ਤਾਂ ਤੁਹਾਨੂੰ ਇਹ ਮੁਖਤਲਿਫ ਜਗ੍ਹਾ ਦੇ ਉੱਤੇ ਇਹੋ ਜਿਹਾ ਜਿਹੜਾ ਕਲਚਰ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਲੋਕ ਜਿਹੜੇ ਨੇ ਆਪਣੀ ਸਕਾਫਤ ਨਾਲ ਜੁੜੇ ਹੋਏ ਆ ਔਰ ਆਪਣੇ ਵਿਰਸੇ ਨੂੰ ਕਦੀ ਨਾ ਖਤਮ ਹੋਣ ਦੇਣ ਵਾਲੇ ਨੇ ਤੁਸੀਂ ਦੇਖੋ ਕਿ ਮੈਂ ਇਹਨੂੰ ਐਂਸ਼ੀਅੰਟ ਕਿਉਂ ਕਹਿ ਰਿਹਾ ਐਂਸ਼ੀਅੰਟ ਦੇਖੋ ਤੁਸੀਂ ਕਿ ਇਹਦਾ ਜਿਹੜਾ ਇਹ ਚੱਕਾ ਹੈ ਪਿਓਰ ਵੁੱਡ ਦਾ ਹੈ ਠੀਕ ਹੈ ਜੀ ਇਹ ਵੀ ਵੁੱਡ ਹੈ ਔਰ ਇਹ ਦੇਖੋ ਤੁਸੀਂ ਜਿਹੜਾ ਪਰਸ਼ੀਅਨ ਐਂਸ਼ੀਅੰਟ ਵੀਲ ਵੈਲ ਜਿਹੜਾ
ਕਿ ਅੱਜ ਤੋਂ 100 ਸਾਲ ਪੁਰਾਣੀ ਇੱਕ ਵੀਡੀਓ ਸੀ ਬ੍ਰਿਟਿਸ਼ ਦੀ, ਲਾਹੌਰ ਦੇ ਗਿਰ ਵਗਦੇ ਜਿਹੜੇ ਖੂਹ ਸਨ, 100 ਸਾਲ ਪਹਿਲੇ ਉਹ ਇਸ ਤਰ੍ਹਾਂ ਦਾ ਚੱਕੇ ਉਹਦੇ 'ਤੇ ਚੱਲ ਰਹੇ ਸੀ, ਲੇਕਿਨ ਇਸ ਇਲਾਕੇ 'ਚ ਤੁਸੀਂ ਦੇਖੋ ਅੱਜ ਵੀ ਉਹ ਖੂਹ ਜਿਹੜੇ ਨੇ ਉਹ ਮੌਜੂਦ ਨੇ ਔਰ ਕਿਸ ਤਰੀਕੇ ਨਾਲ ਇਹ ਵਰਕ ਕਰ ਰਹੇ ਨੇ। ਔਰ ਇਸ ਇਹਦੇ ਤੁਸੀਂ ਦੇਖੋ ਤੁਸੀਂ ਆਇਰਨ ਦਾ ਯੂਜ਼ ਬਹੁਤ ਕਮ ਹੈ, ਕਿ ਇਹ ਦੇਖੋ ਤੁਸੀਂ ਉਹ ਵੁਡਨ ਜਿਹੜਾ ਦੇਖੋ ਤੁਸੀਂ ਉਹ ਵੁਡਨ ਚੱਕਾ ਜਿਹੜਾ ਉਹ ਚੱਲ ਰਿਹਾ ਨਾਲ ਨਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਵਾਵਾ ਜੀ, ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ। ਔਰ ਪੰਜਾਬੀ ਕਲਚਰ ਹੈਰੀਟੇਜ ਨੂੰ ਲੈ ਕੇ ਅੱਜ ਮੈਂ ਨੌਰਥ ਵੈਸਟ ਪੰਜਾਬ ਦੇ ਵਿੱਚ ਆਇਆ ਵਾਂ, ਤਾਂ ਵੇਖਦੇ ਰਹੋ ਫਿਰ 6 ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, 6 ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਕਲਚਰ ਐਂਡ ਹੈਰੀਟੇਜ ਆਫ ਪੰਜਾਬ ਔਰ ਪੰਜਾਬੀ ਕਲਚਰ ਐਂਡ ਹੈਰੀਟੇਜ। ਉਸ ਤੋਂ ਬਾਅਦ ਖਾਲਸਾ ਰਾਜ ਫੁੱਟ ਸਟੈਪਸ ਨੇ ਔਰ ਖਾਲਸਾ ਰਾਜ ਵਾਲ ਫਰੈਸਕੋ ਐਂਡ ਆਰਟਸ ਵਰਕ ਹੈ, ਇਹ ਤਮਾਮ ਪੇਜਿਸ ਨੇ ਮੇਰੇ। ਸ਼ਾਇਦ ਸ਼ਬੀਰ ਫੋਟੋਗ੍ਰਾਫੀ ਮੈਂ ਲੈ ਕੇ ਆਵਾਂਗਾ ਅਸਲ ਔਰ ਸਹੀ ਔਰ ਦੇਸੀ ਉਹ ਚੀਜ਼ਾਂ ਜਿਹੜੀਆਂ ਕਿ ਕੋਈ ਨਹੀਂ ਦਿਖਾਏਗਾ।